दाणा मंडी एक करके कट्ठे हुए जी साडा आढ़त गया इतों 20 साल असीं इहदे कोल फल फुटदे हाँ ते साडे नाल ठगी मार के ते फरार हो गया। ये मेरी आढ़ती सुखमंदर आढ़तीए कोल भुखे कोल वो मेरा 18 लाख रुपया जिहड़ा वो मार के चले गया। कित्थे चले गया जी कुछ पता उहदा? कोई पता नहीं सानू अजे कित्थे चले गया। खबर लेंद्या तरन तारण तो 40 किसानां नाल करोड़ां दी ठगी मार के दो आड़तीए परिवारक मैंबरां समेत होए फरार। सरहदी कस्बा राजोके दी दाणा मंडी विच आड़त करदे दो भरावां वल्लों 3 दर्जन तो वध किसानां नाल करोड़ां रुपए की ठगी मार के फरार हो जाण दा मामला सामने आया है। इस संबंधी पीड़ित किसानां ने जिले के SSP नूं शिकायत दिंदिया सख्त कार्रवाई कीते जाण दी मंग कीती है। पत्रकारां नूं जानकारी दिंदिया पीड़ित किसानां ने दस्या है कि वह पिछले काफ़ी समय तो सुखविंदर सिंह अते कुलदीप सिंह पुत्र बलवंत सिंह वासी लखाणा जिन्हां दी आड़त राजोके विखे है कोल अपनी फसल सुटदे सी अते उक्त व्यक्ति हर सीजन ते फसल दी बनदी पूरी रकम देण दी बजाए अधूरी रकम दिंदे सन अते बाकी बची रकम अगली फसल ते इकट्ठी देण दा भरोसा दे के टाल मटोल करदे रहिंदे सन। इस वार झोने दी फसल सुट्टन ते उक्त आड़तीआं ने भरोसा दिता कि फसल दी सारी रकम 6 तारीख तो बाद तुहाडे बैंक खात्यां विच ट्रांसफर कर दिती जाएगी। लेकिन जदों पैसे ना मिले तो 6 नवंबर 2020 नूं पता लगा कि उक्त आड़तीआं दे घरां नूं ताले लगे हुए ने ते घर विच कोई भी मैंबर नहीं है। उक्त व्यक्ति 40 किसानां दी फसल दी रकम हड़प करके फरार हो गए ने। इन्हां ने अपनी जमीन भी धोखे नाल बै करा दिती है। उन्हां ने मानयोग SSP साहब तो मंग कीती है कि उक्त मुलजमां दे खिलाफ सख्त तो सख्त कार्रवाई कीती जावे ते सानूं इंसाफ दुआया जावे। इस संबंध च की गलबात हुई है आओ सुनते हैं। ਕੀ ਨਾਮ ਵੀਰ ਜੀ ਤੁਹਾਡਾ ਜੀ? ਮੇਰਾ ਨਾਮ ਰਜਵਿੰਦਰ ਸਿੰਘ ਹੈ, ਸਾਨਾ ਧਰਮ ਸਿੰਘ ਪਿੰਡ ਲਾਲਣਾ ਵਾ। ਕੀ ਗੱਲ ਹੋਈ ਹੈ ਜੀ ਅੱਜ ਤੁਸੀਂ ਦਾਣਾ ਮੰਡੀ ਵਿੱਚ ਇਕੱਠੇ ਹੋਏ ਜੀ? ਦਾਣਾ ਮੰਡੀ ਇੱਕ ਕਰਕੇ ਇਕੱਠੇ ਹੋਏ ਜੀ, ਸਾਡਾ ਆੜਤ ਗਿਆ ਇਤੋਂ 20 ਸਾਲ ਅਸੀਂ ਇਹਦੇ ਕੋਲ ਫਲ ਫੁੱਟਦੇ ਹਾਂ ਅਤੇ ਸਾਡੇ ਨਾਲ ਠੱਗੀ ਮਾਰ ਕੇ ਅਤੇ ਫਰਾਰ ਹੋ ਗਿਆ। ਅਤੇ ਇਹਦੀ ਜਿਹੜੀ ਪਿੰਡ ਦੇ ਵਿੱਚ ਜੋ ਜ਼ਮੀਨ ਜਾਇਦਾਦ ਸੀ ਉਹਦਾ ਕੀ ਕੀਤਾ ਜੀ? ਉਹ ਜੀ ਸੁਣਨਾ ਚਾਹੁੰਦਾ ਕਿਸੇ ਨੂੰ ਗਹਿਣੇ ਕਰ ਗਿਆ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ? ਮੰਗ ਇਹੋ ਕਰਦੇ ਸਾਡਾ ਇਨਸਾਫ ਹੋਣਾ ਚਾਹੀਦਾ। ਕੀ ਨਾਮ ਭਾਈ ਤੁਹਾਡਾ ਜੀ? ਮੇਰਾ ਨਾਮ ਸੁਮਿੱਤਰ ਸਿੰਘ ਫੌਜੀ, ਪਿੰਡ ਰਾਜੋਗੇ ਜੀ। ਕੀ ਗੱਲ ਹੋਈ ਹੈ ਜੀ? ਇਹ ਮੇਰੀ ਆੜਤੀ ਸੁਖਮੰਦਰ ਆੜਤੀਏ ਕੋਲ ਭੁੱਖੇ ਕੋਲ ਉਹ ਮੇਰਾ 18 ਲੱਖ ਰੁਪਈਆ ਜਿਹੜਾ ਉਹ ਮਾਰ ਕੇ ਚਲੇ ਗਿਆ। ਕਿੱਥੇ ਚਲੇ ਗਿਆ ਜੀ ਕੁਛ ਪਤਾ ਉਹਦਾ? ਕੋਈ ਪਤਾ ਨਹੀਂ ਸਾਨੂੰ ਅਜੇ ਕਿੱਥੇ ਚਲੇ ਗਿਆ। ਉਹਦੀ ਪਿੰਡ ਦੇ ਵਿੱਚ ਜੋ ਜ਼ਮੀਨ ਜਾਇਦਾਦ ਸੀ ਉਹ ਜ਼ਮੀਨ ਜਾਇਦਾਦ ਕਿਸੇ ਨੂੰ ਗਹਿਣੇ ਕਰ ਗਿਆ, ਪਤਾ ਨਹੀਂ ਕਿਹਨੂੰ ਕਰ ਗਿਆ, ਕੋਈ ਨਹੀਂ ਆਈ। ਇਹਦੇ ਸੰਬੰਧ 'ਚ ਕੋਈ ਪੁਲਿਸ ਨੂੰ ਦਰਖਾਸਤ ਦਿੱਤੀ ਤੁਸੀਂ ਜੀ? ਦਿੱਤੀ ਆ ਜੀ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ? ਮੰਗ ਕਰਦੇ ਸਾਡਾ ਇਨਸਾਫ ਹੋਣਾ ਚਾਹੀਦਾ, ਸਾਡੇ ਪੈਸੇ ਵਾਪਸ ਦੇਵੇ। ਕੀ ਨਾਮ ਵੀਰ ਜੀ ਤੁਹਾਡਾ ਜੀ? ਮਨਜੀਤ ਸਿੰਘ। ਕਿੱਥੋਂ ਦੇ ਰਹਿਣ ਵਾਲੇ ਜੀ? ਅਸੀਂ ਗਵਾਂਢੀ ਸੁਖਵਿੰਦਰ ਸਿੰਘ ਆੜਤੀ ਦੇ ਪਿੰਡ ਲਾਖਣਾ। ਕੀ ਗੱਲ ਹੋਈ ਹੈ ਜੀ? ਇਹ ਸੁਖਵਿੰਦਰ ਸਿੰਘ ਆੜਤੀ ਆ ਭਰਾ ਕੁਲਦੀਪ ਸਿੰਘ ਆ ਪਿੰਡ ਰਾਜੋਗੇ, ਜੋ ਕਿ 5 ਤਰੀਕ ਨੂੰ ਸਾਰਾ ਲੋਕਾਂ ਦਾ ਜਿੰਨਾ ਵੀ ਜਮ੍ਹਾਂ ਪੂੰਜੀ ਆ ਕਰੋੜਾਂ ਅਰਬਾਂ ਰੁਪਇਆ ਲੈ ਕੇ ਫਰਾਰ ਹੋ ਗਏ ਆ ਅਤੇ ਘਰ ਨੂੰ ਰਾਤੋਂ ਰਾਤ ਛੱਡ ਕੇ ਚੱਲ ਗਏ ਆ। ਘਰ 'ਚ ਇੱਕ ਸੂਈ ਤੱਕ ਨਹੀਂ ਰਹਿ ਗਈ ਅਤੇ ਸਾਰੇ ਜਿੰਨੇ ਵੀ ਕਿਸਾਨ ਵੀਰ ਆ ਸਾਰੇ ਹੁਣ ਆਇਆ ਸੜਕਾਂ 'ਤੇ ਭੜਕ ਰਹੇ ਨੇ ਕਿ ਇਹਨੂੰ ਕੁੱਖ ਨਹੀਂ ਮਿਲਦਾ, ਨਾ ਕੋਈ ਨਿਆਂ ਮਿਲਦਾ, ਨਾ ਕੋਈ ਪੁਲਿਸ ਆਉਂਦੀ ਆ ਅਤੇ ਨਾ ਕੋਈ ਕਾਰਵਾਈ ਪੈਂਦੀ ਆ। ਜਿਹੜੇ ਆਪਦੀ ਜਮ੍ਹਾਂ ਪੂੰਜੀ ਆ ਸਾਰੀ ਵੇਚ ਕੇ ਵੱਟ ਗਏ ਅਤੇ ਆਪ ਫਰਾਰ ਹੋ ਗਏ ਸਾਰੇ ਇੱਥੋਂ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ? ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਜਿੰਨਾ ਵੀ ਸਾਡਾ ਜਮ੍ਹਾਂ ਪੂੰਜੀ ਆ, ਜਿੰਨੀ ਵੀ ਸਾਡੀ ਫਸਲ ਆ ਹੱਕ ਸਾਈ ਦੀ, ਸਾਰੇ ਮਿਹਨਤੀ ਕਿਸਾਨ ਆ ਇੱਥੇ ਜਿੰਨੇ ਵੀ ਗਏ ਆ, ਸਾਰਿਆਂ ਨੂੰ ਹੱਕ ਸੱਚ ਮਿਲੇ ਆਪਦਾ। ਜਿੰਨੀ ਵੀ ਫਸਲ ਝੋਨਾ ਵਿਗਿਆ ਏ ਵਾਪਦੀ ਵਿਗੀ ਆ, ਸਾਰਿਆਂ ਨੂੰ ਕੋਈ 1 ਰੁਪਿਆ ਨਹੀਂ ਦਿੱਤਾ ਗਿਆ, ਸਾਰਿਆਂ ਨੇ ਹੱਥੇ ਕਰਕੇ ਸੁੱਟ ਗਿਆ ਆ। ਲੋਕਾਂ ਨੇ BP ਘਟਣ ਦੇ, ਲੋਕ ਕਈ ਅਟੈਕ ਹੁੰਦੇ ਕਈਆਂ ਨੂੰ, ਸਾਰੇ ਲੋਕ ਇੱਥੇ ਮਰਨਦੇ ਆ। ਹਾਂਜੀ ਵੀਰ ਜੀ, ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਕਿੱਥੋਂ ਦੇ ਰਹਿਣ ਵਾਲੇ ਜੀ? ਰਾਜੋਗੇ ਦੇ ਜੀ। ਕੀ ਗੱਲ ਹੋਈ ਹੈ ਜੀ? ਗੱਲ ਇਹ ਕਿ ਸਾਰਿਆਂ ਦੀ ਇਹ ਜੋ ਵੀ ਝੋਨੇ ਦਾ ਪੈਸਾ ਜਾਂ ਜੋ ਪਹਿਲਾਂ ਇਹਨੇ ਵਿਆਜੀ ਲਵੂਜੀ ਲਏ ਲੋਕਾਂ ਨੂੰ, ਸਾਰਿਆਂ ਦੇ ਪੈਸੇ ਲੈ ਕੇ ਆੜਤੀਆਂ ਨੂੰ ਠੱਗ ਕੇ ਸਾਰਿਆਂ ਨੂੰ ਲੈ ਕੇ ਚਲੇ ਗਿਆ ਏ। 5 ਤਰੀਕ ਨੂੰ ਰਾਤ ਨਿਕਲ ਗਿਆ, ਪਤਾ ਨਹੀਂ ਕਿਸੇ ਨੂੰ ਲੱਗਾ ਕਿਸੇ ਨੂੰ ਗਿਆ ਕਿਸੇ ਨੂੰ ਨਹੀਂ ਗਿਆ, ਨਾ ਕੋਈ ਇਹ 'ਤੇ ਕੋਈ ਕਾਰਵਾਈ ਹੋਈ ਹੈ ਇਹ ਤੱਕ। ਜਿਹੜੀ ਪੈਲੀ ਆ, ਪੈਲੀ ਇਹ ਗਹਿਣੇ ਕਰ ਗਿਆ, ਜਿਹੜੀ ਇਹਦੀ 14 ਕਿੱਲੇ ਥਾਂ 17 ਲੱਖ 1000 ਦੇ ਚਾਚੇ ਦੇ ਪੁੱਤ ਨੂੰ, ਨਾ ਉਹ 'ਤੇ ਕੋਈ ਕਾਰਵਾਈ ਹੋਈ ਆ। ਨਾ ਉਹਦਾ ਨਾਂ ਰਸਾਲ ਸਿੰਘ ਮੁਨਸ਼ੀ, ਰਸਾਲ ਉਸ ਪਿੰਡ 'ਚ ਮੁਨਸ਼ੀ ਕਹਿੰਦੇ ਆ, ਪਿਓ ਦਾ ਨਾਂ ਜਸਵੰਤ ਸਿੰਘ ਆ ਉਹਦੇ ਨਾਲ, 3 ਭਰਾਵਾਂ ਦੇ ਨਾਂ ਉਹਨਾਂ ਦੇ ਪੈਲੀ ਹੋਈ ਆ, ਰਣਜੀਤ ਅਤੇ ਬਾਗਾ, ਇਹਨਾਂ 3 ਦੇ ਨਾਂ ਪੈਲੀ ਹੋਈ ਆ ਅਤੇ ਕਣਕ ਪਹਿਲਾਂ ਬੀਜੀ ਆ
ਤੇ ਸਾਰਾ ਕੋਈ ਸਾਰਿਆਂ ਨੇ ਸਾਨੂੰ ਮਾਰ ਗਿਆ ਅਸੀਂ ਤਾਂ ਹੁਣ ਕਿਸਾਨ ਸਾਰੇ ਮਰੇ ਮਰੇ ਆ ਅਸੀਂ ਤਾਂ ਪੈਲੀ ਬੈਠੇ ਆ ਸਾਨੂੰ ਭਾਵੇਂ ਗੋਲੀ ਮਾਰੇ ਕੋਈ ਮਾਰ ਦੇ ਅਸੀਂ ਤਾਂ ਉੱਥੇ ਬੈਠੇ ਆ ਸਾਨੂੰ ਮਾਰ ਕੇ ਆਪਦਾ ਹੱਕ ਲੈ ਲਿਆ ਅਸੀਂ ਬਰਬਾਦ ਹੋਏ ਬਿਲਕੁਲ ਬਰਬਾਦ ਹੋਏ ਆ ਸਾਡੇ ਬੈਂਕ ਵਿੱਚ ਕੋਈ ਪੈਸਾ ਨਹੀਂ ਨੇ ਪਾਇਆ ਸਾਡੇ ਸਟੇਟਮੈਂਟ ਕਢਾ ਲਓ ਕੁਝ ਕਢਾ ਲਓ ਅਸੀਂ ਬਰਬਾਦ ਹੋਏ ਆ ਸਾਡੇ ਜੀ ਮਰ ਰਹੇ ਆ ਅਸੀਂ ਬਰਬਾਦ ਅਸੀਂ ਪੈਲੀ ਬੈਠੇ ਆ ਸਾਨੂੰ ਮਾਰ ਕੇ ਜਿਹੜਾ ਕੋਈ ਮਰਜ਼ੀ ਕਬਜ਼ਾ ਲਏ ਚਾਚਾ ਲਏ ਕੋਈ ਤਾਇਆ ਲਏ ਕੋਈ ਰਿਸ਼ਤੇਦਾਰ ਲਏ ਜਿਹੜਾ ਮਰਜ਼ੀ ਕੋਈ ਕਬਜ਼ਾ ਲਏ ਅਸੀਂ ਬੈਠੇ ਪੈਲੀ ਅਸੀਂ ਕਬਜ਼ੇ ਕੀਤੇ ਆ ਸਾਨੂੰ ਪੈਸਾ ਸਰਕਾਰ ਦਵਾਵੇ ਸਾਡੀ ਇਹੋ ਮੰਗ ਸਾਡੀ ਹੋਰ ਕੋਈ ਮੰਗ ਨਹੀਂ ਕੀ ਨਾਮ ਭਾਈ ਤੁਹਾਡਾ ਜੀ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਮੈਂ ਰਾਜੋਗੇ ਪਿੰਡ ਦਾ ਰਹਿਣ ਵਾਲਾ ਹਾਲ ਦੇ ਵਰਦੀ ਮੈਂ ਨਾ ਆਬਾਦੀ ਅਮਰਕੋਟ ਵਿਖੇ ਜਿੱਥੇ ਮੇਰੀ ਜਵੈਲਰੀ ਦੀ ਦੁਕਾਨ ਹੈ ਅਤੇ ਸੁਖਮੰਦਰ ਸਿੰਘ ਸਾਡੇ ਨਾਲ ਬਲਵੰਤ ਸਿੰਘ ਆੜ੍ਹਤੀ ਆ ਰਾਜੋਗੇ ਆੜ੍ਹਤ ਕਰਦਾ ਵਾ ਅਤੇ ਮੇਰਾ ਬੜੇ ਚਿਰ ਤੋਂ ਲੈਣ ਦੇਣ ਸੀ ਮੇਰੇ ਕੋਲੋਂ ਇਹ ਗੱਲ ਕਹੀ ਵੀ ਮੇਰੀ ਭਣੇਵੀਂ ਦਾ ਵਿਆਹ ਆ ਅਤੇ ਇਹ ਜਿਹੜਾ ਹੁਣ ਨਵੰਬਰ ਮਹੀਨੇ ਦੀ 21 ਤਰੀਕ ਨੂੰ ਅਤੇ ਉਦੋਂ ਸੋਨਾ ਭਗਤਾਉਣਾ ਭਗਤਾ ਕੇ ਉਦੋਂ ਬਾਅਦ ਜਿਹੜਾ ਪੁਰਾਣਾ ਸੋਨਾ ਤੁਹਾਨੂੰ ਦੇ ਦਿਆਂਗੇ ਅਤੇ ਜਿਹੜੀ ਕੋਈ ਥੋੜ੍ਹੀ ਬਹੁਤੀ ਪੇਮੈਂਟ ਰਹਿ ਗਈ ਉਹ ਤੁਹਾਨੂੰ ਬਾਅਦ 'ਚ ਦੇ ਦੇਵਾਂਗੇ ਅਤੇ ਬੜੇ ਚਿਰ ਦਾ ਵਰਦਾ ਮੈਨੂੰ ਕੋਈ ਨੀਅਤ 'ਤੇ ਸ਼ੱਕ ਨਹੀਂ ਹੋਇਆ ਇਸ ਕਰਕੇ ਮੈਂ ਇਹਨੂੰ ਪੂਰਾ ਆਪਣਾ 350 ਗ੍ਰਾਮ ਸੋਨਾ ਜਿਹੜਾ ਨੇ ਮੇਰੇ ਕੋਲ ਬਣਵਾਇਆ ਵਾ ਅਤੇ ਇੱਕ ਦੋ ਮਨੌਤੀਆਂ ਵੀ ਹੈਗੀਆਂ ਨੇ 1-2 ਲੱਖ ਦੀਆਂ 18 ਕੁ ਲੱਖ ਦੇ ਕਰੀਬ ਮੇਰਾ ਪੈਸਾ ਮਾਰ ਕੇ ਅਤੇ ਉਹ ਭੱਜ ਗਿਆ ਪਤਾ ਨਹੀਂ ਹੁਣ ਯੂਪੀ ਜਾ ਕੇ ਜ਼ਮੀਨ ਲੈ ਲਈ ਹੈ ਕਿ ਜਾਂ ਬਾਹਰ ਦੇ ਮੁਲਕ ਚਲਾ ਗਿਆ ਅਤੇ ਅਸੀਂ ਗੌਰਮੈਂਟ ਤੋਂ ਇਹ ਮੰਗ ਕਰਦੇ ਹਾਂ ਕਿ ਇਹਦੀ ਜਿਹੜੀ ਜ਼ਮੀਨ ਇੱਥੇ ਹੈਗੀ ਆ 16-17 ਕਿੱਲੇ ਰਿਹਾਇਸ਼ ਵੀ ਹੈਗੀ ਆ ਉਹ ਖਾਲੀ ਕਰਕੇ ਚਲਾ ਗਿਆ ਉਹਨੂੰ ਕਿਸੇ ਤਰ੍ਹਾਂ ਰੋਕ ਕੇ ਅਤੇ ਜਿਹੜੇ ਵੀ ਭੈਣ ਭਰਾ ਕਿਸਾਨ ਨੇ ਜਾਂ ਦੁਕਾਨਦਾਰ ਨੇ ਉਹਨਾਂ ਦੀਆਂ ਦੇਣਦਾਰੀਆਂ ਪੂਰੀਆਂ ਕੀਤੀਆਂ ਜਾਣ ਇਸ ਬੰਦੇ ਨੂੰ ਜਿਹੜਾ ਪ੍ਰਸ਼ਾਸਨ ਸਖਤ ਤੋਂ ਸਖਤ ਸਜ਼ਾ ਦੇਵੇ ਕਿਨਾਂ ਵੀਰ ਜੀ ਤੁਹਾਡਾ ਜੀ ਵੀਰ ਜੀ ਮੇਰਾ ਨਾਮ ਬਲਦੇਵ ਸਿੰਘ ਆ ਕਿੱਥੋਂ ਦੇ ਰਹਿਣ ਵਾਲੇ ਜੀ ਅਸੀਂ ਰਾਜੋਗੇ ਦੇ ਰਹਿਣ ਵਾਲੇ ਹਾਂ ਤਾਂ ਰਾਜੋਗੇ ਆੜ੍ਹਤ ਕਰਦੇ ਹਾਂ ਅਤੇ ਸੁਖਮੰਦਰ ਸਿੰਘ ਸਾਨ ਔਫ ਬਲਵੰਤ ਸਿੰਘ ਇਹ ਵੀ ਰਾਜੋਗੇ ਆੜ੍ਹਤ ਕਰਦਾ ਸੀ ਅਤੇ ਮਤਲਬ ਇਹਨੇ ਸਾਨੂੰ ਬਹਾਨੇ ਪਹੁੰਚਾ ਕੇ ਇਹਦੀ ਪੇਮੈਂਟ ਜਿਹੜੀ ਸੀ ਉਹ ਆਈ ਨਹੀਂ ਸੀ ਜੀ ਸਾਡੀਆਂ ਪੇਮੈਂਟਾਂ ਪਹਿਲਾਂ ਪੈ ਗਈਆਂ ਸੀ ਇਹਨੇ ਕਿਹਾ ਵੀ ਮੈਨੂੰ ਪੇਮੈਂਟ ਦੇ ਦਿਓ ਮੇਰਾ ਰਜਿਸਟਰੀ ਦਾ ਕੰਮ ਆ ਅਤੇ ਮੈਂ ਤੁਹਾਨੂੰ ਪੇਮੈਂਟ ਜਦੋਂ ਮੇਰੀ ਆਈ ਤੁਹਾਨੂੰ ਪੇਮੈਂਟ ਦੇ ਦੂੰਗਾ ਅਤੇ ਮੇਰੀ ਰਜਿਸਟਰੀ ਮੇਰੇ ਜਿਹੜੇ ਜਿਹੜਾ ਬਿਆਨਾ ਉਹ ਰੁਕ ਜਾਣਾ ਵਾ ਇਸ ਕਰਕੇ ਨੇ 10.5 ਲੱਖ ਰੁਪਈਆ ਮੇਰੇ ਕੋਲੋਂ ਲਿਆ ਵਾ ਬਾਕੀ ਹੋਰ ਵੀ ਆੜ੍ਹਤੀ ਹੈ ਸਾਰੇ ਆੜ੍ਹਤੀਆਂ ਕੋਲੋਂ ਇੰਨੇ ਪੈਸੇ ਲਏ ਆ 60-70 ਲੱਖ ਰੁਪਈਆ ਜਿਹੜਾ ਉਹ ਆੜ੍ਹਤੀਆਂ ਦਾ ਵਾ ਜਿਹੜਾ ਇਹ ਮਾਰ ਕੇ ਤਾਂ ਮਤਲਬ ਪਤਾ ਨਹੀਂ ਯੂਪੀ ਚਲੇ ਗਿਆ ਜਾਂ ਇਹ ਬਾਹਰ ਦੇ ਮੁਲਕ ਇਹ ਤਾਂ ਹੁਣ ਪ੍ਰਸ਼ਾਸਨ ਹੀ ਪਤਾ ਕਰ ਸਕਦਾ ਵਾ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰ ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਹਾਂ ਵੀ ਇਹਦਾ ਜਿਹੜਾ ਵਾ ਇੱਕ ਤਾਂ ਪਤਾ ਕਰਕੇ ਸਾਨੂੰ ਪਤਾ ਲੱਗੇ ਵੀ ਇਹ ਕਿਹੜੀ ਜਗ੍ਹਾ 'ਤੇ ਬਾਹਰ ਆ ਫੋਰਨ ਕੰਟਰੀ ਆ ਜਾਂ ਇੱਧਰ ਆ ਅਤੇ ਦੂਸਰਾ ਜਿਹੜੀ ਇਹਦੀ ਪੈਲੀ ਆ 16-15-16 ਕਿੱਲੇ ਪੈਲੀ ਆ ਉਹਦੇ ਉੱਤੇ ਮਤਲਬ ਜਿਹੜਾ ਵਾ ਉਹ ਪਾਬੰਦੀ ਲਾਈ ਜਾਵੇ ਵੀ ਜਾਂ ਉਹ ਵੇਚ ਨਾ ਸਕੇ ਅਤੇ ਇਹੀ ਆ ਉਹ ਪੈਲੀ ਜਿਹੜੀ ਆ ਜਿਹੜਾ ਜਿਹਨਾਂ ਦੇ ਪੈਸੇ ਉਹਨਾਂ ਨੂੰ ਵਹਾਈ ਜਾਵੇ ਗੁਰਬਾਜ ਸਿੰਘ ਪ੍ਰਧਾਨ ਆੜ੍ਹਤੀ ਯੂਨੀਅਨ ਦਾ ਮੈਂ ਸਖਤ ਨਿੰਦਾ ਦੇ ਵਿੱਚ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹਾਂ ਸੁਖਮੰਦਰ ਸਿੰਘ ਨੇ ਜੋ ਬਲਵੰਤ ਸਿੰਘ ਕਮਿਸ਼ਨ ਏਜੰਟ ਦੇ ਨਾਂ 'ਤੇ ਇੱਥੇ ਦੁਕਾਨ ਕਰਦਾ ਸੀ ਉਹਨੇ ਸਾਰੇ ਆੜ੍ਹਤੀਆਂ ਨਾਲ ਜ਼ਿਮੀਂਦਾਰਾਂ ਨਾਲ ਬਹੁਤ ਵੱਡਾ ਫਰੋਡ ਕਰਕੇ ਅਤੇ ਉਹ ਇੱਥੋਂ ਚਲੇ ਗਿਆ ਅਤੇ ਬਹੁਤ ਲੋਕ ਪਰੇਸ਼ਾਨ ਨੇ ਕਿਸਾਨ ਨਾਲ ਨਾਲ ਆੜ੍ਹਤੀਏ ਪੱਲੇਦਾਰ ਸਾਰੇ ਵਰਗ ਉਹਤੋਂ ਪਰੇਸ਼ਾਨ ਇਸ ਗੱਲ ਤੋਂ ਵੀ ਉਹ ਸਾਡੇ ਨਾਲ ਇਹ ਬੜਾ ਵੱਡੀ ਚੀਟਿੰਗ ਕਰਕੇ ਚਲੇ ਗਏ ਮੈਂ ਆਪਣੇ ਇਹ ਮੋਢਿਆਂ 'ਤੇ ਗੋਢਿਆਂ ਤੋਂ ਬਹੁਤ ਦੁਖੀ ਸੀ ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਫੀ ਰਿਲੀਫ ਹਮੇਸ਼ਾ ਯਾਦ ਰੱਖੋ ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ ਕਿਤਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਤੁਸੀਂ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ